ਤੇ ਬੜੀ ਚਿੰਤਾ ਵਾਲੀ ਗੱਲ ਹੈ ਔਰ ਮੰਦਭਾਗੀ ਗੱਲ ਵੀ ਹੈ ਕਿ ਲਗਾਤਾਰ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਰਾਤ ਤੀਸਰਾ ਧਮਾਕਾ ਹੋਇਆ ਹੈ। ਭਾਵੇਂ ਕੁਝ ਬੰਦੇ ਜਿਹੜੇ ਨੇ ਉਹ ਫੜੇ ਨੇ ਇਹਨਾਂ ਨੇ ਪੰਜਾਬ ਪੁਲਿਸ ਦੇ, ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਦਾ ਵੱਡਾ ਸਹਿਯੋਗ ਰਿਹਾ। ਉਹਨਾਂ ਨੇ ਸੀਸੀਟੀਵੀ ਕੈਮਰੇ ਜਿਹੜੇ ਉਹ ਖੰਗਾਲੇ ਹੈ ਔਰ ਖੰਗਾਲ ਕੇ ਜਿਹੜਾ ਹੈ ਇਹਨਾਂ ਵਿਅਕਤੀਆਂ ਦੀ ਨਿਸ਼ਾਨਦੇਹੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੇ। ਚੰਗੀ ਗੱਲ ਹੈ, ਲੇਕਿਨ ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਨੂੰ ਇਹ ਜਿਹੜੇ ਮਾਮਲਾ ਹੈ ਬੰਬ ਧਮਾਕਿਆਂ ਵਾਲਾ, ਇਹਦੀ ਗਹਿਰਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਜਿਹੜੇ ਫੜੇ ਗਏ ਵਿਅਕਤੀ ਹੈ ਇਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹ ਘਟੀਆ ਕਿਸਮ ਦੀਆਂ ਹਰਕਤਾਂ ਕਰਵਾ ਰਹੀਆਂ ਨੇ। ਕਿਉਂਕਿ ਦਰਬਾਰ ਸਾਹਿਬ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹ ਨਤਮਸਤਕ ਹੁੰਦੀ ਹੈ, ਔਰ ਵੱਡਾ ਜਾਨੀ ਨੁਕਸਾਨ ਵੀ ਜਿਹੜਾ ਹੈ ਉਹ ਹੋ ਸਕਦਾ ਸੀ। ਤਾਂ ਕਿਤੇ ਨਾ ਕਿਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਪ੍ਰਤੀ ਜਿਹੜੀ ਨਫ਼ਰਤ ਦਾ ਮਾਹੌਲ ਸਿਰਜਿਆ ਗਿਆ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਮੀਡੀਆ ਦੇ ਉੱਤੇ, ਕਿਤੇ ਉਹਦਾ ਸਿੱਟਾ ਤਾਂ ਨਹੀਂ ਇਹ ਜਿਹੜੇ ਬੰਬ ਧਮਾਕੇ ਹੋਏ ਨੇ। ਤਾਂ ਇਹਦੀ ਗਹਿਰਾਈ ਦੇ ਨਾਲ ਜਿਹੜੀ ਹੈ ਉਹ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਸਾਜਿਸ਼ਕਰਤਾ ਨੇ ਉਹ ਬੇਨਕਾਬ ਹੋਣ ਅਤੇ ਕਦੇ ਵੀ ਕਿਸੇ ਵੀ ਕਿਸਮ ਦੀ ਇਸ ਕਿਸਮ ਦੀ ਘਟਨਾ ਨੂੰ ਅੰਜ਼ਾਮ ਜਿਹੜਾ ਹੈ ਇਹ ਸ਼ਰਾਰਤੀ ਲੋਕ, ਗਲਤ ਲੋਕ ਜਿਹੜੇ ਉਹ ਨਾ ਦੇ ਸਕਣ। ਪੰਜਾਬ ਸਰਕਾਰ ਨੂੰ ਇਹਨੂੰ ਸਰਸਰੀ ਨਹੀਂ ਲੈਣਾ ਚਾਹੀਦਾ ਇਸ ਬੰਬ ਧਮਾਕੇ ਵਾਲੀਆਂ ਘਟਨਾਵਾਂ ਨੂੰ, ਬਲਕਿ ਬੜੀ ਗੰਭੀਰਤਾ ਦੇ ਨਾਲ ਇਹਦੀ ਜਾਂਚ ਜਿਹੜੀ ਹੈ ਕਰਵਾਉਣੀ ਚਾਹੀਦੀ ਹੈ, ਔਰ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਹਦੀ ਜਾਂਚ ਕਰਨੀ ਚਾਹੀਦੀ ਹੈ ਕਿ ਕੌਣ ਸਾਜਿਸ਼ ਕਰਦਾ ਹੈ ਇਹਨਾਂ ਘਟਨਾਵਾਂ ਦੇ ਪਿੱਛੇ। ਦੇਖੋ, ਜਿਹੜਾ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨੂੰ ਪਿਆਰ ਕਰਦੇ ਹੈ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਭੈ ਨਹੀਂ ਹੈ, ਕਿਉਂਕਿ ਸਾਡੀ ਬਾਣੀ ਕਹਿੰਦੀ ਹੈ ਕਿ ਚੱਖੜ ਚਾਂਗੀ ਮੀਂਹ ਵਰਸਾ ਧੀ ਗੁਰ ਦੇਖਣ ਜਾਏ। ਪਰ ਆਮ ਜਿਹੜੇ ਸ਼ਰਧਾਲੂ ਜਿਹੜੇ ਆਉਂਦੇ ਹੈ ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹੈ ਜਾਂ ਟੂਰਿਜ਼ਮ ਦੇ ਨਜ਼ਰੀਏ ਨਾਲ ਆਉਂਦੇ ਹੈ, ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਭੈ ਦੀ ਅਵਸਥਾ ਪੈਦਾ ਹੁੰਦੀ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਸਿੱਖ ਦੇ ਮਨ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣ ਤੋਂ ਜਿਹੜਾ ਹੈ ਕਦੇ ਵੀ ਜਿਹੜਾ ਹੈ ਉਹ ਭੈ ਭੀਤ ਨਹੀਂ ਹੁੰਦਾ, ਇਹ ਗੱਲ ਪੱਕੀ ਹੈ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਮਨ ਭਾਈਚਾਰੇ ਨੂੰ ਜਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਜਿਹੜਾ ਹੈ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੈਗੀਆਂ, ਅਤੇ ਜਾਂ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਕਿ ਘੱਟਗਿਣਤੀਆਂ ਦੇ ਪ੍ਰਤੀ ਜਿਹੜੀ ਪੋਲਰਾਈਜੇਸ਼ਨ ਦੀ ਜਿਹੜੀ ਪੋਲੀਟਿਕਸ ਹੈ ਇਹਨੇ ਜਿਹੜੀ ਨਫ਼ਰਤ ਭਰੀ ਹੈ ਉਹਦਾ ਵੀ ਸਿੱਟਾ ਹੋ ਸਕਦਾ। ਜਿਸ ਤਰ੍ਹਾਂ ਲਗਾਤਾਰ ਤੀਜਾ ਧਮਾਕਾ ਹੋ ਗਿਆ, ਪਹਿਲਾਂ 2 ਵਾਰ ਪਹਿਲਾਂ ਹੋ ਗਿਆ, ਕਿ ਕਿਤੇ ਨਾ ਕਿਤੇ ਪੁਲਿਸ ਵੀ ਲੱਗਦੀ ਹੈ ਸਰਕਾਰ ਦਾ, ਆਪਾਂ ਕਹਿ ਸਕਦੇ ਕਿ ਸਰਕਾਰ ਨੂੰ ਸਖ਼ਤੀ ਨਾਲ ਨਿਬੜਨਾ ਚਾਹੀਦਾ। ਬਿਲਕੁਲ, ਸਖ਼ਤੀ ਨਾਲ ਨਿਬੜਨਾ ਚਾਹੀਦਾ ਸੀ ਔਰ ਨਿਬੜਨਾ ਚਾਹੀਦਾ ਹੈ ਤਾਂ ਕਿ ਇਸ ਕਿਸਮ ਦੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।